ਸਾਡਾ ਮਾਮਲਾ ਤਬਕਾ ਸੀਗਾ ਜਿਹੜਾ ਉਹ ਇਕੱਠੇ ਹੋ ਕੇ ਆਏ ਆ, ਇਕੱਠੇ ਹੋ ਕੇ ਆ ਕੇ ਉਹਨਾਂ ਨੇ ਸਾਰਾ ਜਿਹੜਾ ਇਹ ਹੱਲਾ ਬੋਲਿਆ ਹੈਗਾ, ਬੰਬ ਸਾੜਿਆ ਪਹਿਲਾਂ। ਕਿੰਨੀ ਕੁ ਦੇਰ ਵਾਸਤੇ ਉਹ ਇੱਥੇ ਰੁਕੇ ਔਰ ਕਿੰਨੀ ਕੁ ਦੇਰ ਇੱਥੇ ਉਹ ਕਰਦੇ ਰਹੇ ਸਾਰਾ ਕੁਝ? ਇਹ ਤਾਂ ਉਹਨਾਂ ਨੇ ਘੰਟਾ ਡੇਢ ਘੰਟਾ ਕਰਦੇ ਕਰਦੇ ਸਭ ਉੱਥੋਂ ਲੈ ਕੇ ਸਾਰਾ ਪੰਪ ਸਾੜਦੇ 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 ਇੱਕ ਘੰਟਾ ਲੱਗ ਗਿਆ ਸੀ ਉਹਨਾਂ ਨੂੰ। ਇੱਕ ਘੰਟੇ ਤੱਕ ਜਿਹੜਾ ਕਿ ਸਾਰੀ ਅਗਜਨੀ ਕਰਦੇ ਰਹੇ ਆ, ਤੋੜ ਫੋੜ ਕਰਦੇ ਰਹੇ ਆ। ਸੜੀਆਂ ਹੋਈਆਂ ਤਸਵੀਰਾਂ ਗਵਾਹ ਨੇ ਕਿ ਕਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਪਿਛਲੇ 3 ਦਿਨ, ਇਹ ਕੱਲ ਦੀ ਰਾਤ ਹੈ ਪਰਸੋਂ ਦੀ ਰਾਤ ਨੂੰ ਹੋਇਆ ਹੈ? ਇਹ ਪਰਸੋਂ ਹੋਇਆ ਜੀ, ਦਿਨੇ ਪਰਸੋਂ ਦਿਨੇ। ਕੋਈ ਪੁੱਛਣ ਵਾਲਾ ਨਹੀਂ ਸੀ, ਕੋਈ ਪੁਲਿਸ ਨਹੀਂ, ਕੋਈ ਪੁਲਿਸ ਨਹੀਂ ਸੀ ਇੱਥੇ। ਜੰਗਲ ਰਾਜ ਸੀ, ਜੋ ਮਰਜ਼ੀ ਜੋ ਮਰਜ਼ੀ ਕਰੋ, ਸਾੜੋ ਕੁਛ ਕਰੋ, ਬੰਦਿਆਂ ਨੂੰ ਮਾਰੋ, ਗੋਲੀ ਮਾਰੋ, ਬੰਬ ਚਲਾਓ, ਕੁਛ ਕਰੋ। ਤਸਵੀਰਾਂ ਦਿੱਲੀ ਦੀਆਂ ਨੇ, ਮੈਂ ਸਿਮਰਨਜੋਤ ਸਿੰਘ ਦਿੱਲੀ ਤੋਂ ਰਿਪੋਰਟ ਕਰ ਰਿਹਾ। ਇਹ ਸੜੀਆਂ ਹੋਈਆਂ ਗੱਡੀਆਂ ਗਵਾਹ ਨੇ ਕਿ ਕਿਸ ਤਰ੍ਹਾਂ ਪਿਛਲੇ 3 ਦਿਨ ਦਿੱਲੀ ਦੀਆਂ ਸੜਕਾਂ 'ਤੇ ਜੋ ਮੌਤ ਦਾ, ਖੂਨ ਦਾ, ਅੱਗ ਦਾ ਤਾਂਡਵ ਹੋਇਆ ਔਰ ਸਿੱਖਾਂ ਨੂੰ ਖਾਸ ਕਰਕੇ ਜੂਨ 84 ਤੋਂ ਬਾਅਦ 31 ਅਕਤੂਬਰ, 1 ਨਵੰਬਰ, 2 ਨਵੰਬਰ ਨੂੰ ਜੋ ਦਿੱਲੀ 'ਚ ਹੋਇਆ ਸੀ ਉਹ ਫਿਰ ਚੇਤੇ ਆ ਗਿਆ ਹੋਣਾ। ਇਹ ਇਸ ਕਰਕੇ ਦੱਸ ਰਹੇ ਹਾਂ, ਇਹ ਤਸਵੀਰ ਜਿਵੇਂ ਬੁਲਟ ਮੋਟਰਸਾਈਕਲ ਤੁਸੀਂ ਦੇਖ ਸਕਦੇ ਹੋ ਸੜਿਆ ਹੋਇਆ, ਹਰ ਪਾਸੇ ਜਿੱਥੇ ਵੀ ਇੱਥੇ ਨਜ਼ਰ ਜਾਂਦੀ ਹੈ ਤੁਹਾਨੂੰ ਅੱਗਾਂ ਦੇ ਨਿਸ਼ਾਨ ਨਜ਼ਰ ਆਉਣਗੇ। ਇਹ ਖਾਸ ਤੌਰ 'ਤੇ 84 ਦਾ ਜ਼ਿਕਰ ਇਸ ਕਰਕੇ ਕਿਉਂਕਿ ਜਿਸ ਸਿੱਖ ਵੀਰ ਦੀ ਇਹ ਦੁਕਾਨ ਹੈ ਉਹ ਪਹਿਲਾਂ 84 ਵੀ ਹੰਢਾ ਚੁੱਕੇ ਹੈ ਅਤੇ ਹੁਣ 2 ਦਿਨ ਪਹਿਲਾਂ ਵੀ ਉਹਨਾਂ ਨੇ ਖੌਫ ਦੇਖਿਆ। ਇਹ ਸ਼ੋਰੂਮ ਹੈ ਉਹਨਾਂ ਦਾ ਔਰ ਸ਼ੋਰੂਮ ਦੇ ਉੱਤੇ ਲੁੱਟਪਾਟ ਕਰਨ ਦੀ ਕੋਸ਼ਿਸ਼ ਕੀਤੀ ਗਈ, ਅੱਗਾਂ ਲਾਈਆਂ ਗਈਆਂ, ਜੋ ਇਹਨਾਂ ਦੇ ਸ਼ੋਰੂਮ ਦੀਆਂ ਵਹੀਕਲ ਸੀਗੇ ਉਹਨਾਂ ਨੂੰ ਸਾੜ ਦਿੱਤਾ ਗਿਆ ਪੈਟਰੋਲ ਲਾ ਕੇ। ਕੁਝ ਕਸਟਮਰ ਜਿਹੜੇ ਆਏ ਸੀ ਉਹਨਾਂ ਨੂੰ ਵੀ ਨੁਕਸਾਨ ਪਹੁੰਚਿਆ। ਇਹ ਤਸਵੀਰਾਂ, ਤਮਾਮ ਤਸਵੀਰਾਂ ਤੁਸੀਂ ਦਿੱਲੀ ਦੇ ਭਜਨਪੁਰਾ ਇਲਾਕੇ ਦੀਆਂ ਦੇਖ ਰਹੇ ਹੋ ਔਰ ਜੋ ਮਾਲਕ ਨੇ ਇੱਥੋਂ ਦੇ ਸਾਡੇ ਨਾਲ ਨੇ, ਕੀ ਨਾਮ ਹੈ ਸਰ ਤੁਹਾਡਾ? ਗੁਰਮੀਤ ਸਿੰਘ ਜੀ। ਗੁਰਮੀਤ ਸਿੰਘ ਜੀ, ਹੋਇਆ ਕੀ ਹੈ, ਇੰਨਾ ਨੁਕਸਾਨ ਜਦੋਂ ਹੋਇਆ ਤਾਂ ਕੀ ਹੋਇਆ ਦਰਅਸਲ? ਇਹ ਦਰਅਸਲ ਜੇ ਸਾਹਮਣੇ ਤੋਂ ਜਿਹੜਾ ਤੁਹਾਡਾ ਮਾਮਲਾ ਤਬਕਾ ਸੀਗਾ ਜਿਹੜਾ ਉਹ ਇਕੱਠੇ ਹੋ ਕੇ ਆਏ ਆ, ਇਕੱਠੇ ਹੋ ਕੇ ਆ ਕੇ ਉਹਨਾਂ ਨੇ ਸਾਰਾ ਜਿਹੜਾ ਇਹ ਹੱਲਾ ਬੋਲਿਆ ਹੈਗਾ, ਪੰਪ ਸਾੜਿਆ ਪਹਿਲਾਂ, ਪੈਟਰੋਲ ਪੰਪ ਸਾੜਨ ਦੇ ਬਾਅਦ ਇੱਧਰ ਨੂੰ ਆ ਗਏ, ਭਜਨਪੁਰਾ ਮਾਰਕੀਟ ਲਈ ਆ ਗਏ। ਇੱਧਰੋਂ ਜਿੰਨੀਆਂ ਗੱਡੀਆਂ ਸੀ ਸਾੜੀਆਂ ਸਾਰੇ, ਅਸੀਂ ਫਿਰ ਇਕੱਠੇ ਹੋ ਕੇ ਮਾਰਕੀਟ ਵਾਲੇ ਆ ਗਏ ਅਤੇ ਅਸੀਂ ਬਚਾਵ ਕੀਤਾ ਹੈਗਾ, ਪੱਥਰਬਾਜ਼ੀ ਹੋਈ ਦੋਨੋਂ ਤਰਫੋਂ। ਪਹਿਲੇ ਉਹਨਾਂ ਨੇ ਕਿਹਾ ਆਏ ਆ ਉਧਰੋਂ, ਇਹ ਤੁਹਾਡਾ ਸ਼ੋਰੂਮ ਖੁੱਲ੍ਹਾ ਸੀਗਾ? ਉਦੋਂ ਬੰਦ ਕਰਾਤਾ ਸੀ ਜੀ, ਤਾਂ ਹੀ ਬੱਚਤ ਹੋ ਗਈ, ਸ਼ਟਰ ਬੰਦ ਕਰਾਤੇ ਸੀਗੇ, ਫਿਰ ਉਹਨਾਂ ਨੂੰ ਗੱਡੀਆਂ ਦੇਖੀਆਂ, ਜਿਹੜੀ ਗੱਡੀਆਂ ਸੀ ਉਹਨਾਂ ਨੇ ਸਾੜਤੀਆਂ। ਔਰ ਬੱਚਤ ਰਹਿ ਗਈ ਕਿ ਤੁਸੀਂ ਸ਼ੋਰੂਮ ਬੰਦ ਕਰਤਾ ਸੀ? ਬੰਦ ਕਰਤਾ ਸੀ ਤਾਂ। ਔਰ ਤੁਹਾਡੀ ਰਹਿਸ਼ ਉੱਪਰ ਹੈ, ਤੁਸੀਂ ਉੱਪਰ ਰਹਿੰਦੇ ਹੋ? ਨਹੀਂ, ਪਿੱਛੇ ਰਹਿੰਦੇ ਅਸੀਂ। ਅੱਛਾ, ਉਦੋਂ ਅਸੀਂ ਇੱਥੇ ਆ ਗਏ ਸੀਗੇ, ਇੱਥੇ ਸੀਗੇ ਤੁਸੀਂ, ਮੌਜੂਦ ਸੀਗੇ? ਹਾਂਜੀ, ਮੌਜੂਦ ਸੀਗੇ। ਤਾਂ ਫਿਰ ਕਿੰਨੀ ਕੁ ਦੇਰ ਵਾਸਤੇ ਉਹ ਇੱਥੇ ਰੁਕੇ ਔਰ ਕਿੰਨੀ ਕੁ ਦੇਰ ਇੱਥੇ ਉਹ ਕਰਦੇ ਰਹੇ ਸਾਰਾ ਕੁਝ? ਇਹ ਤਾਂ ਉਹਨਾਂ ਨੇ ਘੰਟਾ ਡੇਢ ਘੰਟਾ ਕਰਦੇ ਕਰਦੇ ਸਭ ਉੱਥੋਂ ਲੈ ਕੇ ਸਾਰਾ ਪੰਪ ਸਾੜਦੇ 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 ਇੱਕ ਘੰਟਾ ਲੱਗ ਗਿਆ ਸੀ ਉਹਨਾਂ ਨੂੰ। ਇੱਕ ਘੰਟੇ ਤੱਕ ਜਿਹੜਾ ਕਿ ਸਾਰੀ ਅਗਜਨੀ ਕਰਦੇ ਰਹੇ ਆ, ਤੋੜ ਫੋੜ ਕਰਦੇ ਰਹੇ ਆ। ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? ਨੁਕਸਾਨ ਬਥੇਰਾ ਹੋਇਆ ਜੀ, ਨੁਕਸਾਨ 84 ਮੌਕੇ ਬਥੇਰਾ ਹੋਇਆ ਸੀਗਾ, ਕੁਛ ਨਹੀਂ ਸੀ ਬਚਿਆ ਉਦੋਂ, ਘਰ ਬਾਰ ਦੁਕਾਨਾਂ ਉਦੋਂ ਵੀ ਕਾਫੀ ਲੁੱਟ ਲਈਆਂ ਸੀ ਸਾਡੀਆਂ, ਅਤੇ ਹੁਣ ਵੀ ਉਹੀ ਗੱਲ ਹੈਗੀ ਆ। ਆ ਸਾਰਾ ਇੱਥੇ ਦੇਖੋ, ਸਾਰੇ ਪਿੱਟਦੇ ਪੁੱਟਦੇ ਸਾਰੇ ਇੱਥੇ ਸੜ ਗਏ ਸੀਗੇ। ਅਗਲਾ ਤੀ ਇੱਥੇ ਆ ਸਾਰਾ ਜਿਹੜੇ ਇੱਥੇ ਸ਼ਟਰਿੰਗ ਵਗੈਰਾ। ਅੱਛਾ, ਇਹ ਤੁਹਾਡਾ ਪੈਲਸ ਹੈ ਉੱਪਰ? ਉੱਪਰ ਪੈਲਸ ਹੈ ਜੀ, ਉੱਪਰ ਪੈਲਸ ਹੈ, ਇੱਥੇ ਸਾਰੇ ਪੜਦੇ ਪੁੱਟਦੇ ਸੀ ਸਾਰੀ। ਆ ਕੈਮਰਾਮੈਨ ਦਿਖਾਉਣਗੇ, ਇੱਧਰ ਦੀ ਤਸਵੀਰ ਵੀ ਦਿਖਾਉਣੇ ਸਾਰੀ ਜੋ ਅੱਗਾਂ ਲਾਈਆਂ ਗਈਆਂ। ਇੱਧਰ ਵੀ ਮੋਟਰਸਾਈਕਲ ਤੁਹਾਨੂੰ ਇਸ ਤਰ੍ਹਾਂ ਪਏ ਹੋਏ ਨਜ਼ਰ ਆਉਣਗੇ, ਇਹ ਦੇਖ ਸਕਦੇ ਹੋ ਤੁਸੀਂ। ਦੁਕਾਨ ਇੱਥੇ ਦੁਕਾਨ ਸੀਗੀ, ਦੁਕਾਨ ਦੇਖੋ ਸਾਰੀ ਆ ਸਾੜਤੀ, ਕਰਨ ਲੱਗੇ ਸੀਗੇ, ਬੜੀ ਮੁਸ਼ਕਿਲ ਨਾਲ ਬਚਾਈ ਆ, ਅੰਦਰ ਜਾ ਕੇ ਸ਼ਟਰ ਸ਼ੁਟਰ ਤੋੜਤਾ ਸੀਗਾ, ਇਹਦਾ ਸ਼ਟਰ ਤੋੜਤਾ ਸੀ, ਸ਼ਟਰ ਤੋੜਤਾ ਸੀ, ਦੇਖ ਸਕਦੇ। ਔਰ ਇਹ ਜਿਹੜੇ ਮੋਟਰਸਾਈਕਲ ਵਗੈਰਾ ਪਏ ਆ, ਇਹ ਕਿਹਦੇ ਹੈ? ਇਹ ਆਪਣੇ ਹੀ ਇੱਥੋਂ ਦੇ ਸੀਗੇ, ਦੁਕਾਨ ਵਾਲਾ ਜੀ। ਤੁਹਾਨੂੰ ਖੌਫ ਲੱਗਿਆ, 84 ਤੁਸੀਂ ਦੇਖਿਆ, ਫਿਰ 2 ਦਿਨ ਇਹ ਕੁਛ ਹੋਇਆ? ਬਿਲਕੁਲ, ਸਾਨੂੰ ਐਂ ਲੱਗਾ ਵੀ ਦੁਬਾਰਾ 84 ਹੋਣ ਲੱਗੀ ਹੈ, ਉਸ ਤਰ੍ਹਾਂ ਦੇ ਵਾਪਰ ਰਿਹਾ ਮਾਹੌਲ।
ਘਰ ਘਰੋਂ ਫੋਨ ਆਏ, ਬੱਚਿਆਂ ਦੇ ਫੋਨ ਆਏ ਕਿ ਵਾਪਸ ਆ ਜਾਓ, ਛੱਡੋ ਪ੍ਰਾਪਰਟੀ ਨੂੰ, ਘਰ ਆ ਜਾਓ? ਬਿਲਕੁਲ ਜੀ ਬਿਲਕੁਲ, ਉਹ ਕਹਿੰਦੇ ਜੀ ਘਰੇ ਆ ਜਾਓ, ਸੇਫ ਹੋਵੋ, ਆਪਣਾ ਆਪਣੀ ਜਾਨ ਬਚਾਓ। ਪਰ ਫਿਰ ਤੁਸੀਂ ਕੀ ਆਸੇ ਪਾਸੇ ਦੇ ਲੋਕਾਂ ਨੂੰ ਇਕੱਠਾ ਕੀਤਾ? ਆਸੇ ਪਾਸੇ ਨੂੰ ਮਾਰਕੀਟ ਵਾਲਿਆਂ ਨੂੰ ਇਕੱਠੇ ਕਰਕੇ ਅਸੀਂ ਫਿਰ ਡੰਡੇ ਡੁੰਡੇ ਹੱਥ 'ਚ ਲੈ ਕੇ ਅਤੇ ਥੋੜ੍ਹਾ ਉਹਨਾਂ ਨੂੰ ਭਜਾਇਆ ਉਹਨਾਂ ਨੂੰ, ਅਤੇ ਤਾਂ ਜਾ ਕੇ ਬਚ ਪਈ ਹੈ ਥੋੜ੍ਹੀ, ਜਿੰਨੇ ਬੱਚਤ ਹੋਈ ਹੈ। ਅਤੇ ਨਹੀਂ ਤਾਂ ਕੁਛ ਨਹੀਂ, ਕੱਖ ਨਹੀਂ ਸੀ ਬਚਣਾ ਸੀਗਾ। ਫਿਰ ਵੀ ਨੁਕਸਾਨ ਤਾਂ ਹੋਇਆ, ਗੱਡੀ ਗੁੱਡੀਆਂ ਦਾ ਨੁਕਸਾਨ ਹੋਇਆ, ਬਾਹਰ ਗੇਟ ਗੂਟ ਦਾ ਨੁਕਸਾਨ ਹੋ ਗਿਆ। ਆ ਬਾਬਾ ਜੀ ਦੀ ਤਸਵੀਰ ਸੀ, ਸਰ ਇੱਥੇ ਬੋਰਡ ਲੱਗਾ ਸੀ, ਸਾਰਾ ਸਾੜ ਤਾ ਇਹਨਾਂ ਨੇ। ਦੇਖ ਸਕਦੇ ਹੋ ਤੁਸੀਂ ਇਹ ਸੜੀਆਂ ਹੋਈਆਂ ਤਸਵੀਰਾਂ ਗਵਾਹ ਨੇ ਕਿ ਕਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਪਿਛਲੇ 3 ਦਿਨ, ਇਹ ਕੱਲ੍ਹ ਦੀ ਰਾਤ ਹੈ, ਪਰਸੋਂ ਦੀ ਰਾਤ ਨੂੰ ਹੋਇਆ ਹੈ? ਇਹ ਪਰਸੋਂ ਹੋਇਆ ਜੀ, ਦਿਨੇ, ਪਰਸੋਂ ਦਿਨੇ। ਕੋਈ ਪੁੱਛਣ ਵਾਲਾ ਨਹੀਂ ਸੀ, ਕੋਈ ਪੁਲਿਸ ਨਹੀਂ, ਕੋਈ ਪੁਲਿਸ ਨਹੀਂ ਸੀ ਇੱਥੇ, ਕੋਈ ਪ੍ਰਸ਼ਾਸਨ। ਹਾਂਜੀ, 2 ਵਜੇ ਕੇ ਬਾਅਦ ਪ੍ਰਸ਼ਾਸਨ ਕੁਛ ਨਹੀਂ ਕਰਦਾ ਸੀ, ਸ਼ਰੇਆਮ ਦਿਨ ਦਿਹਾੜੇ। ਬਿਲਕੁਲ ਸ਼ਰੇਆਮ, ਜਿਸ ਵੇਲੇ ਜਦੋਂ ਟਰੰਪ ਆਇਆ ਹੋਇਆ ਸੀ। ਹਾਂ, ਜਦੋਂ ਟਰੰਪ ਆਇਆ ਹੋਇਆ ਸੀ, ਕੋਈ ਪ੍ਰਸ਼ਾਸਨ ਪ੍ਰਸ਼ਾਸਨ ਕੋਈ ਕੁਛ ਨਹੀਂ ਕਰ ਰਿਹਾ ਸੀਗਾ, ਪੁਲਿਸ ਕੁਛ ਨਹੀਂ ਕਰ ਰਹੀ ਸੀਗੀ, ਜਿਵੇਂ ਮਰਜ਼ੀ ਜੰਗਲ ਰਾਜ ਸੀਗੀ ਜੀ, ਬਿਲਕੁਲ ਜੰਗਲ ਰਾਜ ਸੀ, ਜੋ ਮਰਜ਼ੀ ਜੋ ਮਰਜ਼ੀ ਕਰੋ, ਸਾੜੋ, ਕੁਛ ਕਰੋ, ਬੰਦਿਆਂ ਨੂੰ ਮਾਰੋ, ਗੋਲੀ ਮਾਰੋ, ਬੰਬ ਚਲਾਓ, ਕੁਛ ਕਰੋ। ਇੱਥੇ ਦੇ ਹਾਲ ਸੀਗਾ, ਬੜੀ ਮੁਸ਼ਕਲ ਨੂੰ ਆਪਣੇ ਆਪ ਨੂੰ ਬਚਾਇਆ ਸੀ, ਪੂਰੀ ਪਲਾਨਿੰਗ। ਹਾਂਜੀ, ਇਨਕੀ ਪ੍ਰੀ ਪਲਾਨਿੰਗ ਸੀ, ਮਹੀਨੇ ਸੇ ਲੋਕ ਇਕੱਠਾ ਹੋ ਰਹੇ ਥੇ ਯਹਾਂ ਪੇ, ਜੇ ਇਨ੍ਹੋਂਨੇ ਪ੍ਰੀ ਪਲਾਨਿੰਗ ਕਰਕੇ, ਤਬ ਇਨ੍ਹੋਂ ਆਪਣਾ ਪੱਥਰ ਇਕੱਠੇ ਕਰਕੇ, ਜਬ ਉੱਪਰ ਸੇ ਪੱਥਰ ਬਰਸਾਏ, ਯਹਾਂ ਲੋਕ ਸਭ ਆਰਾਮ ਸੇ ਰਹਤੇ, ਕਮ ਸੇ ਕਮ 150 ਗਾੜੀਆਂ ਜਲਾ ਦੀ, ਪੈਟਰੋਲ ਪੰਪ ਜਲਾ ਦਿਆ, ਯੇ ਮੇਰੇ ਹੋਮ ਜਲਾ ਦਿਆ, ਸਭ ਇਨ੍ਹੋਂ ਤਬਾਹ ਕਰ ਦਿਆ। ਐਸਾ ਕਮੀ, ਬੱਚਾ ਹੈ, ਜਾਓ ਘਰ, ਪਾਸ ਹੀ ਰਹਤੇ ਹੋ, ਐਸਾ ਕਮੀ ਨਹੀਂ ਹੁਆ, ਲੈ ਜਾਓ, ਮਾਹੌਲ ਠੀਕ ਨਹੀਂ ਹੈ, ਘਰ ਲੈ ਕੇ ਜਾਓ ਇਸਕੋ, ਐਸਾ ਕਮੀ ਨਹੀਂ ਹੁਆ, ਲੈ ਜਾਓ ਲੈ ਜਾਓ, ਕਿਉਂ ਰੁਕੇ ਹੋ, ਲੈ ਜਾਓ, ਆਓ ਅੰਕਲ ਜੀ ਆਓ। ਪਲਾਨਿੰਗ ਸੀ, ਹਾਂ ਪਲਾਨਿੰਗ ਵੀ ਹੈ ਐਸਾ ਬਾਤ। ਤੁਸੀਂ ਕਿੱਥੇ ਰਹਿੰਦੇ ਹੋ? ਇਹ ਆਪਣਾ ਹੀ ਆ। ਹਾਂਜੀ, ਆਪਣਾ ਹੀ ਆ, ਦਸਵੇਂ ਕਾਫੀ ਨੁਕਸਾਨ ਹੋ ਗਿਆ ਕਹਿੰਦੇ? ਆਪਣਾ ਕੁਛ ਨਹੀਂ ਹੋਇਆ, ਲੈਂਸ ਫਰੇਮ ਦੀ ਗੱਡੀਆਂ ਇਹ ਜਲ ਗਈਆਂ, ਇੱਥੇ ਇੱਥੇ ਬਾਈਕ ਖੜੀ ਸੀ, ਇਹ ਜਲ ਗਈ। ਤੁਸੀਂ 84 ਵੀ ਦੇਖਿਆ? ਹਾਂਜੀ, ਡਰ ਲੱਗਿਆ, ਖੌਫ ਲੱਗਿਆ ਵੀ ਦੁਬਾਰਾ ਨਾ ਹੋ ਜੇ? 84 ਤਾਂ ਇੱਕ ਧੋਖਾਧੜੀ ਸੀਗਾ, ਅਚਾਨਕ ਹੋ ਗਿਆ, ਇਹ ਤਾਂ ਹੁਣ ਸ਼ੁਰੂਆਤ ਮੁਸਲਮਾਨਾਂ ਨੇ ਕੀਤੀ ਇੱਧਰ ਆ ਕੇ ਲੁੱਟਣ ਦੇ ਚੱਕਰ 'ਚ। ਅੱਛਾ, ਅਤੇ ਗੱਡੀਆਂ ਵਗੈਰਾ ਜਲਾ ਕੇ ਭੱਜ ਗਏ ਸੀ ਇੱਥੋਂ, ਮਾਰਕੀਟ ਦੇ ਕਈ ਮੁੰਡੇ ਹੋ ਗਏ ਇਕੱਠੇ, ਉਹਨਾਂ ਨੂੰ ਭਜਾਤਾ ਸੀਗਾ। ਓਕੇ, ਬਾਅਦ 'ਚ ਦੁਬਾਰਾ ਇਹ ਇਕੱਠੇ ਹੋ ਕੇ ਆਏ। ਬਾਹਰ ਸੇ ਆਏ ਹੋਏ? ਇਧਰ ਬਾਹਰ ਸੇ ਆਏ ਹੋਏ, ਇਧਰ ਸੇ ਬਾਹਰ ਸੇ ਆਏ ਹੋਏ, ਪਲਾਨਿੰਗ ਕੇ ਤਹਿਤ ਆਏ ਹੋਏ, ਪਲਾਨਿੰਗ ਕੇ ਤਹਿਤ। ਅੱਛਾ, ਹਾਂਜੀ। ਸੋ ਇਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ, ਤੁਸੀਂ ਦੇਖ ਸਕਦੇ ਹੋ ਜਗਰੂਪ ਸਿੰਘ ਕੈਮਰੇ ਦੀ ਤਸਵੀਰ ਤੋਂ, ਇਹ ਤਮਾਮ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਨਗੇ ਕਿ ਕਿਸ ਤਰ੍ਹਾਂ ਦਿੱਲੀ ਦੀਆਂ ਸੜਕਾਂ 'ਤੇ ਜੋ ਹਾਲਾਤ ਹੋਏ ਨੇ। ਹਾਲਾਂਕਿ ਅਸੀਂ ਦੂਜੇ ਹਿੱਸੇ ਦਾ ਪੱਖ ਸੁਣਨ ਉਸ ਇਲਾਕੇ 'ਚ ਵੀ ਜਾਵਾਂਗੇ। ਸੋ ਕੋਈ ਵੀ ਇੱਕ ਰਿਪੋਰਟ ਦੇਖ ਕੇ ਆਪਣਾ ਮਨ ਨਾ ਬਣਾਉਣਾ, ਅਸੀਂ ਹਰ ਇੱਕ ਸ਼ਖਸ ਦੇ ਨਾਲ ਗੱਲ ਕਰਕੇ ਹਰੇਕ ਦਾ ਪੱਖ ਸੁਣਨ ਦੀ ਕੋਸ਼ਿਸ਼ ਕਰਾਂਗੇ, ਬੜਾ ਲਾਜ਼ਮੀ ਹੈ। ਹਰੇਕ ਪਾਸੇ ਦੀ ਗੱਲ ਸੁਣ ਕੇ ਤੁਸੀਂ ਹਰ ਤਰ੍ਹਾਂ ਦਾ ਪੱਖ ਸੁਣੋ। ਉੱਤੇ ਤਸਵੀਰਾਂ ਦਿਖਾਉਣ ਕੈਮਰਾਮੈਨ ਕਿ ਜੋ ਪੱਥਰਬਾਜ਼ੀ ਹੋਈ ਹੈ ਸਰਦਾਰ ਸਾਹਿਬ ਦੀ ਇਸ ਬਿਲਡਿੰਗ ਦੇ ਉੱਤੇ, ਉਹ ਵੀ ਤੁਹਾਨੂੰ ਦਿਖਾ ਦਈਏ। ਜੋ ਪੱਥਰਬਾਜ਼ੀ ਸਰਦਾਰ ਸਾਹਿਬ ਦੀ ਬਿਲਡਿੰਗ ਦੇ ਉੱਤੇ ਹੋਈ ਹੈ, ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਸ਼ੀਸ਼ੇ ਟੁੱਟੇ ਹੋਏ ਤੁਹਾਨੂੰ ਨਜ਼ਰ ਆਉਣਗੇ। ਸੋ ਦਿੱਲੀ ਦੀਆਂ ਸੜਕਾਂ ਤੋਂ ਹਰੇਕ ਰਿਪੋਰਟ ਤੁਹਾਡੇ ਤੱਕ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਸੜਕ ਦੇ ਇਸ ਪਾਸੇ ਖੜ੍ਹੇ ਹਾਂ, ਸੜਕ ਦੇ ਪਰਲੇ ਪਾਸੇ ਵੀ ਜਾਵਾਂਗੇ। ਕੋਈ ਇੱਕ ਰਿਪੋਰਟ ਦੇਖ ਕੇ ਆਪਣਾ ਮਨ, ਆਪਣੀ ਧਾਰਨਾ ਨਾ ਬਣਾਉਣਾ। ਇਹ ਗਵਾਹ ਨੇ ਜਿਸ ਤਰ੍ਹਾਂ ਇਹ ਪਲੇਟਾਂ ਮੇਰੇ ਜ਼ਿਹਨ ਦੇ ਵਿੱਚੋਂ ਤਸਵੀਰਾਂ 84 ਦੀਆਂ ਯਾਦ ਆ ਰਹੀਆਂ, ਜੋ ਅਸੀਂ ਅਕਸਰ ਛੋਟੇ ਹੁੰਦਿਆਂ ਤੋਂ ਦੇਖਿਆ ਕਰਦੇ ਸੀ ਕਿ ਇਸੇ ਤਰ੍ਹਾਂ ਨੰਬਰ ਪਲੇਟਾਂ, ਅੱਗ ਦੀਆਂ ਸੜੀਆਂ ਹੋਈਆਂ ਗੱਡੀਆਂ,
ਟਾਇਰ ਸੜੇ ਹੋਏ ਔਰ ਅੱਜ ਦਿੱਲੀ ਦੇ ਫਿਰ ਐਸੇ ਹਾਲਾਤ। ਕਿਸੇ ਇੱਕ ਨੂੰ ਅਸੀਂ ਦੋਸ਼ੀ ਨਹੀਂ ਕਹਿ ਰਹੇ, ਅਸੀਂ ਸਿਰਫ ਗਰਾਊਂਡ ਦੇ ਹਾਲਾਤ ਦਿਖਾ ਰਹੇ ਹਾਂ ਤੁਹਾਡੇ ਤੱਕ। ਪਹਿਲਾਂ ਵੀ ਕਿਹਾ ਕਿ ਸੜਕ ਦੇ ਇਸ ਪਾਸੇ ਹਾਂ, ਸੜਕ ਦੇ ਦੂਜੇ ਪਾਸੇ ਵੀ ਜਾ ਕੇ ਤੁਹਾਨੂੰ ਹਾਲਾਤ ਦਿਖਾਵਾਂਗੇ। ਕੈਮਰਾ ਪਰਸਨ ਜਗਰੂਪ ਸਿੰਘ ਅਤੇ ਗੁਰਪ੍ਰੀਤ ਦੇ ਨਾਲ ਸਿਮਰਨਜੋਤ ਸਿੰਘ, ਡੇਲੀ ਪੋਸਟ, ਦਿੱਲੀ। 4 ਲੱਖ ਤੋਂ ਵੀ ਘੱਟ ਖਰਚੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਜਾਂ UK ਆਇਲਸ ਨਾਲ ਜਾਂ ਬਿਨਾਂ ਆਇਲਸ ਤੋਂ। ਇੱਕ ਵਾਰ ਫਲਾਈਰਾਈਟ ਵੀਜ਼ਾ ਕੰਸਲਟੈਂਟ ਦੇ ਲੁਧਿਆਣਾ ਆਫਿਸ ਜਾਂ ਚੰਡੀਗੜ੍ਹ ਆਫਿਸ ਆ ਕੇ ਮਿਲੋ ਜਾਂ ਸਾਨੂੰ ਕਾਲ ਕਰੋ 98156805085 'ਤੇ।